ਗੁਆਂਢੀ ਅਤੇ ਆਸ-ਪਾਸ ਦੇ ਦੇਸ਼ਾਂ ਪ੍ਰਤੀ ਆਪਣੀ ਵਿਦੇਸ਼ ਨੀਤੀ ਅਤੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਭਾਰਤ ਨੇ ਗੁਆਂਢੀ ਦੇਸ਼ ਵੀਅਤਨਾਮ ਨੂੰ ਤੋਹਫ਼ੇ ਵਿੱਚ ਇੱਕ ਜੰਗੀ ਬੇੜਾ ਦਿੱਤਾ ਹੈ। ਭਾਰਤ ਨੇ ਦੱਖਣੀ ਚੀਨੀ ਸਾਗਰ ਵਿੱਚ ਚੀਨ ਦੇ ਵੱਧਦੇ ਹਮਲਾਵਰ ਰੁੱਖ ਨੂੰ ਵੇਖਦਿਆਂ ਅਤੇ ਇਸ ਸੰਬੰਧੀ ਪ੍ਰਗਟਾਈਆਂ ਜਾ ਰਹੀਆਂ ਆਮ ਚਿੰਤਾਵਾਂ ਦਰਮਿਆਨ ਮਜ਼ਬੂਤ ਦੁਵੱਲੀ ਰਣਨੀਤਿਕ ਅਤੇ ਰੱਖਿਆ ਭਾਈਵਾਲੀ ਨੂੰ ਦਰਸਾਉਂਦਿਆਂ ਵੀਅਤਨਾਮ ਦੇਸ਼ ਨੂੰ ਜੰਗੀ ਬੇੜਾ INS ਕਿਰਪਾਨ ਤੋਹਫ਼ੇ ਵਜੋਂ ਦੇ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਭਾਰਤ ਨੇ ਆਪਣੇ ਕਿਸੇ ਮਿੱਤਰ ਦੇਸ਼ ਨੂੰ ਮਿਜ਼ਾਈਲਾਂ ਨਾਲ ਲੈਸ ਜੰਗੀ ਬੇੜਾ ਸੌਂਪਿਆ ਹੋਵੇ। ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਇਸ ਸਮੇਂ ਵੀਅਤਨਾਮ ਦੇ ਅਧਿਕਾਰਤ ਦੌਰੇ ਉੱਤੇ ਗਏ ਹੋਏ ਨੇ। ਉਹਨਾਂ ਨੇ ਵੀਅਤਨਾਮ ਦੀ ਕੈਮ ਰਾਨ ਖਾੜੀ ਵਿੱਚ ਕਰਵਾਏ ਇੱਕ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਵੀਅਤਨਾਮ ਦੀ ਪੀਪਲਸ ਨੇਵੀ ਯਾਨੀ ਕਿ VPN ਨੂੰ ਇਹ ਜੰਗੀ ਬੇੜਾ ਭਾਰਤ ਦੀ ਤਰਫੋਂ ਸੌਂਪਿਆ ਹੈ।